मेड इन इटली एक क्विंटल 30 किलो अगे जो बैंपर बीट हो ठीक है जी आ बहुत सोहनी चीज है अच्छा आ 4x4 है जी ठीक हाई स्पीड लो स्पीड ਦੇ ਵਿੱਚ ਆਪਾਂ ਜੇ ਵੀਡੀਓ ਨੂੰ ਕਰਨਾ 540000 ਠੀਕ ਹੈ ਜੀ ਕਾਹਦਾ ਜੀ ਕਰਾਰੋ ਦਾ ਆ ਤੁਸੀਂ ਕਰਾਰੋ ਬਕਾਇਦਾ 9524 ਦੇ ਅਗਲੇ ਡਬਲ ਪੰਪ ਹੈ ਠੀਕ ਹੈ ਜੀ ਆ ਠੀਕ ਹੈ ਆ ਜਨੀਕ ਦਾ ਕੰਮ ਕਰਦਾ ਠੀਕ ਹੈ ਜੀ ਡੀਲਕਸ ਮਾਡਲ ਟਰੈਕਟਰ ਹੈ ਇਹ ਡੀਲਕਸ ਮਾਡਲ ਖੁੱਲਾ ਪਲੇਟਫਾਰਮ ਠੀਕ ਹੈ ਜੀ ਠੀਕ ਹੈ 4 ਸਿਲੰਡਰ ਇੰਜਨ ਆ ਗਿਆ ਜੀ ਇਹਦਾ ਠੀਕ ਹੈ ਜੀ ਇਹ 50 HP ਦੇ ਵਿੱਚ 60 ਨੰਜਾ ਆ ਗਿਆ ਜੀ ਜੀ प्रीत जनसी ने सेल लाती दिवाली ऑफर भी करते दशहरा ऑफर भी करते गांहां वड्डे ऑफर ट्रैक्टर तैयार करते की हाल है जी सत श्री अकाल जी ਤੇ ਬਾਈ ਕਿਹੜੇ ਕਿਹੜੇ ਟਰੈਕਟਰ ਆ ਗਏ ਹੁਣ ਆਪਣੇ ਨਵੇਂ ਇੱਥੇ ਟਰੈਕਟਰ ਬਾਈ ਆਪਾਂ 57 ਜਿਹੜਾ ਹੈਗਾ ਰੈੱਡ ਕਲਰ ਦੇ ਵਿੱਚ ਆਪਣੇ ਕੋਲ ਖੜੀ ਆ ਤੇ ਦੇਖਦੇ ਆ ਅੱਛਾ ਜੀ ਇਹ ਹੁਣੀ ਆ ਅੱਜ ਕੱਲ੍ਹ ਟਰੈਕਟਰ ਨਾ ਹਾਂ ਨਵਾਂ ਕੰਪਨੀ ਦਾ ਲਾਂਚ ਕੀਤਾ ਜੀ ਠੀਕ ਹੈ ਇਹ ਪਹਿਲਾਂ ਸੀਆਰਡੀ ਦੇ ਚੱਕਰ ਚ 65 ਆਉਂਦਾ ਸੀਗਾ ਆਪਣੇ ਕੋਲ ਅੱਛਾ ਜੀ ਤੇ ਹੁਣ ਕੰਪਨੀ ਨੇ 57 50 HP ਦੇ ਵਿੱਚ ਆਪਾਂ ਨੂੰ ਦਿੱਤਾ ਨਵਾਂ ਕੰਪਨੀ ਨੇ ਇਹ 50 HP ਦੇ ਵਿੱਚ 57 ਆ ਗਿਆ ਜੀ ਜੀ ਠੀਕ ਹੈ ਜੀ किलो दी ने 9524 ਦੇ ਅਗਲੇ ਟਾਇਰ ਡਬਲ ਪੰਪ ਹੈ ਠੀਕ ਹੈ ਜੀ ਆ ਤੁਸੀਂ ਜਿਵੇਂ ਆਮ ਟਰੈਕਟਰਾਂ ਦੇ ਵਿੱਚ ਹੁੰਦਾ ਹੀ ਆ ਮਗਲੈਨ ਫਿਲਟਰਾਂ ਹਾਂਜੀ ਲੈਫਟ ਫਿਲਟਰ ਸੈਲਫ ਆ ਗਿਆ ਸਾਰਾ ਠੀਕ ਹੈ ਜੀ ਆ ਇਹਦੀ ਹੈਗੀ ਆਪਣੀ ਬੈਟਰੀ ਬਾਕਸ ਆ ਠੀਕ ਹੈ ਆ ਜਨੀਕ ਦਾ ਕੰਮ ਕਰਦਾ ਠੀਕ ਹੈ ਜੀ ਤੇ ਆ ਆਪਣੇ ਦਾਤਾ ਹਵਾ ਰੋਕਣ ਵਾਸਤੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਗਰਮ ਹਵਾ ਦੇ ਗਰਮ ਹਵਾ ਰੋਕਣ ਵਾਸਤੇ ਠੀਕ ਹੈ ਜੀ ਵੀ ਡਰਾਈਵਰ ਨੂੰ ਠੀਕ ਹੈ ਜੀ ਮੈਟ ਰੱਖੇ ਵੀ ਜਿਹਦੇ ਹਾਂਜੀ ਸਾਰੇ ਪਾਇਦਾਨ ਉੱਚੇ ਹੋ ਗਏ ਇਹਨੂੰ ਆਪਾਂ ਕਹਿ ਸਕਦੇ ਆ ਕਿ ਡੀਲਕਸ ਮਾਡਲ ਟਰੈਕਟਰ ਹੈ ਡੀਲਕਸ ਮਾਡਲ ਆ ਖੁੱਲਾ ਪਲੇਟਫਾਰਮ ਠੀਕ ਹੈ ਜੀ ਠੀਕ ਹੈ ਜਿਹੜੇ ਨੇ ਮਗਰਾੜ ਆ ਹਾਂਜੀ ਉਹ ਵੀ ਇਹਦੇ ਮਤਲਬ ਡੀਲਕਸ ਮਾਡਲ ਆ ਜੀ ਠੀਕ ਹੈ ਜੀ ਠੀਕ ਹੈ ਮੈਂ ਭਰਾ ਦੂੰ ਇੱਥੇ ABC ਗੇਅਰ ਆ ਗਏ ਸਾਰੇ ਠੀਕ ਹੈ ਜੀ ਠੀਕ ਹੈ ਉਧਰ ਸ਼ਾਫਟ ਸ਼ਿਫਟ ਗੇਅਰ ਆ ਗਿਆ ਨਾਲ ਹੀ ਉਹਨੂੰ ਆਪਾਂ ਪੈਕ ਕਰ ਸਕਦੇ ਆ ਸਾਰੇ ਗੇਅਰਾਂ 'ਚ ਪੈਕ ਕਰ ਸਕਦੇ ਆ ਠੀਕ ਹੈ ਸਾਰੇ ਗੇਅਰਾਂ 'ਚ ਹੁੰਦਾ ਜੀ ਡਿਫਰੈਂਸ਼ੀਅਲ ਲੌਕ ਆ ਗਿਆ ਠੀਕ ਹੈ ਜੀ ਤੇ ਜੇ ਤੁਹਾਨੂੰ ਸ਼ਾਰਟ ਕੀ ਮੈਂ ਦੱਸਾਂ ਤਾਂ ਮਤਲਬ ਇਹਦੀ ਜਿਹੜੀ ਲਿਫਟ ਆ ਚਲੋ ਅੱਗੇ ਚਲੋ ਇੱਧਰ ਆ ਜਾਓ ਜੀ ਹਾਂਜੀ ਜਿਹੜੀ ਦੀ ਲਿਫਟ ਕੰਪੈਸਿਟੀ ਹੈਗੀ ਹਾਂਜੀ ਇਹ ਹੈਗੀ ਇਹਦੀ 2400 ਕੇਜੀ 2400 ਕਿਲੋ ਜੀ 2400 ਕੇਜੀ ਹਾਂ 2400 ਕਿਲੋ ਹਾਂਜੀ ਠੀਕ ਹੈ ਠੀਕ ਹੈ ਜੀ ਬਾਕੀ ਇਹਦੇ ਡਬਲ ਆ ਆ ਗਿਆ ਠੀਕ ਹੈ ਜੀ ਲੋ ਮਤਰੋ ਅੱਛਾ ਜੀ ਲੈਫਟ ਸਾਈਡ ਮੀਟਾ ਦੀ ਹੈ ਲੈਫਟ ਮੀਟਾ ਦੀ ਹੈ ਠੀਕ ਹੈ ਕਰਾਰੋ ਟ੍ਰਾਂਸਮਿਸ਼ਨ ਦਾ ਸਾਰਾ ਇਹ ਸਾਰਾ ਜਿਹੜਾ ਹੈਗਾ ਇਟਲੀ ਮੇਡ ਇਨ ਇਟਲੀ ਹੈ ਮੇਡ ਇਨ ਇਟਲੀ ਮੇਡ ਇਨ ਇਟਲੀ ਹੈ ਤੇ ਹਾਈ ਸਪੀਡ ਆ ਲੋ ਸਪੀਡ ਦੇ ਵਿੱਚ ਆਪਾਂ ਜੇ ਵੀਡੀਓ ਨੂੰ ਕਰਨਾ 540000 ਠੀਕ ਹੈ ਜੀ ਠੀਕ ਹੈ ਜੀ ਓਕੇ 540000 ਹੈ ਹਾਂ
ਜਿਹੜਾ ਹੈਗਾ ਟਰੈਕਟਰ ਦਾ ਜਿਹੜੀ ਹੈਗੀ ਹੈਗੀ IPTO ਹੈ IPTO ਠੀਕ ਹੈ IPTO ਹੈ ਹਾਂਜੀ ਤੁਸੀਂ ਇਹਨੂੰ ਕਲਚ ਤੋਂ ਬਾਹਰ ਆ ਤੁਹਾਡਾ ਸਾਰਾ ਠੀਕ ਹੈ ਆ ਨਿਊਟਰਲ ਹੈ ਤੁਹਾਡਾ ਕਲਚ ਆ ਨਿਊਟਰਲ ਹੈ ਜੀ ਨਿਊਟਰਲ ਹੈ ਆ ਨਾਲ ਲਾਤਾ 4x4 ਦਾ ਠੀਕ ਹੈ ਜੀ ਉਹਦਾ ਦੀ 4x4 ਦਾ ਆ ਹੈਗਾ ਦਾ ਸ਼ਕਲ ਸ਼ਿਫਟ ਗੇਅਰ ਵਾਲਾ ਹਾਂਜੀ ਉਹ ਨਾਲ 4x4 ਦਾ ਅੱਛਾ ਆ 4x4 ਹੈ ਜੀ ਠੀਕ ਹੈ ਜੀ प्रीत ने शौकी ने चार हजार 88 सी सी इंजन पंप है जो बॉश तो कहते हैं हाँ जी ठीक है ठीक है मतलब जी जिमें आप कह दी अच्क गड्डिया मोडीफाई हुई ने नाल दी नाल ट्रैक्टर मोडीफाई हो गए लो भी आए हाए आए सिंगल बोनट है ठीक है जी आ बहुत सोहनी चीज है ट्रैक्टर लगे है ना जांसी वालों डीलक्स मॉडल नवा तैयार किया हुआ ठीक है 2023 ਦਾ ਇਹ ਆਪਾਂ ਕਹਿ ਦਈਏ ਵੀ ਨਵੀਂ ਜਨਰੇਸ਼ਨ ਦੇ ਵਿੱਚ ਤਿਆਰ ਹੈ 21/10/2023 ਹਾਂਜੀ ਸ਼ਨੀਵਾਰ ਦਾ ਦੇਣਾ ਜਿੱਤੇ ਆਪਾਂ ਅੱਜ ਵੀਡੀਓ ਤੇ ਸ਼ੂਟ ਕਰਨਾ ਹੈ ਹਾਂਜੀ ਅੱਜ ਵੀ ਆਪਾਂ ਇੱਕ ਟਰੈਕਟਰ ਦਿੱਤਾ ਇਹ ਚਾਰ ਟਰੈਕਟਰ ਅਸੀਂ ਕਾਂਗੜ ਦਿੱਤੇ ਆ ਇਹ ਮਤਲਬ ਸੇਲ ਹੋਣ ਲੱਗ ਗਈ ਜੀ ਅੱਜ ਦਿੱਤਾ ਜੀ ਇੱਕ ਠੀਕ ਹੈ ਗ੍ਰੀਨ ਰੰਗ ਦਾ ਇੱਕ ਟਰੈਕਟਰ ਨੂੰ ਦਿੱਤਾ ਅੱਜ ਆਪਾਂ ਠੀਕ ਹੈ ਜੀ ਤੇ ਇੱਕ ਟਰੈਕਟਰ ਨੂੰ ਪਹਿਲਾਂ ਦਿੱਤਾ ਸੀ ਇਹ ਇੱਕ ਅੱਜ ਦਿੱਤਾ ਠੀਕ ਹੈ ਜੀ ਤੇ ਟੋਟਲ ਉਹਨਾਂ ਕੋਈ ਚਾਰ ਟਰੈਕਟਰ ਹੋ ਗਏ 15 ਦਿਨ ਹਫਤੇ 10 ਦਿਨਾਂ ਦੇ ਵਿੱਚ ਇਹ 4x4 ਹੈ ਜੀ 4x4 ਤੇ ਜੇ ਗੱਲ ਕਰੀਏ ਕੀਮਤ ਦੀ ਜੀ 50 HP ਦੇ ਵਿੱਚ 4x4 ਆ ਗਿਆ ਇਹ ਤਾਂ ਹੈ ਵੀ ਜੀ ਕੀਮਤ ਦੀ ਗੱਲ ਕਰੀਏ ਜਿਹੜਾ ਇਹ ਟਰੈਕਟਰ ਹੈਗਾ ਹਾਂਜੀ ਜਿਹੜਾ ਡਬਲ ਆਈ ਆਪਣਾ IPTO ਹੈ ਹਾਂਜੀ ਇਹ 9,70,000 ਦਾ 9,70,000 ਹਾਂ ਜੇ ਤੁਸੀਂ ਬਰਾਉਡ IPTO ਲੈਣਾਗਾ ਜਿਵੇਂ ਉਹ ਖੜਾ ਆਪਣੇ ਕੋਲ ਟਰੈਕਟਰ ਦੂਸਰਾ ਠੀਕ ਹੈ ਜੀ ਇਹ ਬਰਾਉਡ IPTO ਇਹ 9.5 ਲੱਖ ਇਹ 9.5 ਲੱਖ ਦਾ 20,000 ਰੁਪਏ ਦਾ ਫਰਕ ਪੈਂਦਾ ਜੀ ਕੰਪਨੀ ਨੂੰ ਕੋਈ ਰੇਟ ਆ ਨਹੀਂ ਕੋਈ ਆਪਣਾ ਕੋਈ ਇਹ ਨਹੀਂ ਹੈਗਾ ਵੀ ਆਪਦੇ ਮੂੰਹ ਨਾਲ ਕੋਈ ਮੂੰਹ ਨਾਲ ਨਹੀਂ ਰੇਟ ਆਪਣਾ ਕੰਪਨੀ ਦੇ ਜਿਹੜਾ ਕੋਈ ਕੰਪਨੀ ਦੇ ਰੇਟ ਨੇ ਕੰਪਨੀ ਦੇ ਰੇਟ ਇੱਥੋਂ ਵਾਲੀ ਏਜੰਸੀ ਦਾ ਰੇਟ ਨਾ ਮੰਨ ਕੇ ਚੱਲੀਏ ਸਾਰਾ ਕੰਪਨੀ ਦਾ ਰੇਟ ਹੈ ਠੀਕ ਹੈ ਲੋਬੀ ਮਿੱਤਰੋ ਆਪਾਂ ਜਿਵੇਂ ਪੂਰੇ ਪੰਜਾਬ ਦੇ ਵਿੱਚ 60-90 ਮਿੱਤਰੋ ਤੇ ਗੱਲ ਕਰੀਏ ਮਿੱਤਰੋ ਜਿਹੜੇ ਟਰੈਕਟਰਾਂ ਦੀ ਹਨਾ ਬਾਈਆਂ ਨੇ ਭਾਰੀ ਸੇਲ ਵਾਲਾ ਕੰਮ ਹੀ ਕਰਤਾ ਤੇ ਜੇ ਟਰੈਕਟਰ ਦਿਖਾ ਦਈਏ ਅੰਦਰ ਦਿਖਾ ਦਿਓ ਬਈਆ ਜੋ ਮੜਿਆ ਤੇ ਅੱਗੇ ਆ ਜਾਓ ਤੇ ਸਟਾਕ ਦੇ ਵਿੱਚ ਮਿੱਤਰੋ ਬਹੁਤ ਨੇ ਆ ਬਾਈ ਸਿੰਪ ਉਹ ਆ ਗਏ ਸਿੰਪਲ ਹਨਾ 2 ਸਪੀਡ ਉਹ 3 ਸਪੀਡ ਨੇਗੇ 3 ਸਪੀਡ ਹੈ ਇਹ 2 ਸਪੀਡ ਹੈਗਾ ਇਹ ਟਰੈਕਟਰ ਆਪਣਾ ਕੋਲ ਜਿਹੜਾ ਹੈਗਾ ਇਹਦਾ 6 ਲੱਖ ਆਪਾਂ 80,000 ਰੁਪਏ ਰੇਟ ਹੈ ਇਹ ਮਤਲਬ 7.5 ਲੱਖ ਰੁਪਏ 680 ਠੀਕ ਹੈ ਜੀ ਇਹ ਵੀ ਟਰੈਕਟਰ 3 ਸਪੀਡ ਹੈ ਠੀਕ ਇਹ ਹਾਂ ਸੈਂਟਰ ਗੇਅਰ 3 ਸਪੀਡ ਇਹ ਆਪਾਂ ਨੂੰ ਝੋਟਾ ਗੇਅਰ ਕਹਿ ਦਿੰਦੇ ਆ ਵੈਸੇ ਇਹਨੂੰ ਅਸੀਂ ਕਲਿੱਪਰ ਗੇਅਰ ਕਹਿੰਦੇ ਆ ਠੀਕ ਹੈ ਜੀ ਉਹ ਨਾਲ ਲੱਗਿਆ ਸੀ ਸਾਈਡ ਤੇ ਕਲਿੱਪਰ ਝੋਟਾ ਗੇਅਰ ਠੀਕ ਹੈ ਇਹ ਟਰੈਕਟਰ 7.5 ਲੱਖ ਰੁਪਏ 7.5 ਲੱਖ ਜੀ ਆਪਣੇ ਕੋਲ ਪੁਰਾਣੇ ਵੀ ਟਰੈਕਟਰ ਮਿਲ ਜਾਂਦੇ ਜੀ ਮਿੱਤਰੋ ਇਹ ਵੀ ਬਾਈ ਜਮਾ ਨਵੀਂ ਹੈ ਨਾ ਕੋ ਚੱਲਿਆ ਹੈ ਠੀਕ ਹੈ ਇਹਦੇ ਜਿਹੜੇ ਹੈਗਾ ਮਗਰਾਟ ਥੋੜੇ ਚੇਂਜ ਹੋ ਕੇ ਆਇਆ ਟਰੈਕਟਰ ਉਹਦਾ ਆ ਟਰੈਕਟਰਾਂ ਦੀ ਜੀ ਇਹ ਆਪ ਹੀ ਮਤਲਬ ਜਿਹੜੀ ਹੈਗੀ ਕੰਪਨੀ ਆ ਕੇ ਬਣਾ ਰਹੀ ਆ ਸਟਾਈਲ ਠੀਕ ਹੈ ਜੀ ਤੇ ਇਹ ਟਰੈਕਟਰ ਨਵੇਂ ਆਪਣੇ ਕੋਲ ਅੱਛੀ ਇਹ ਆ ਜਾਣਾ ਟਰੈਕਟਰ ਬਹੁਤ ਸੋਹਣੇ ਬਣਾਇਆ ਇਹ ਠੀਕ ਹੈ ਇਹਦੇ ਚ ਰੰਗ ਆਪਾਂ ਨੂੰ ਬਲੂ ਤੇ ਗ੍ਰੀਨ ਮਿਲਣਗੇ ਤੋਂ ਬਲੂ ਤੇ ਗ੍ਰੀਨ ਗ੍ਰੀਨ ਤੇ ਜਿਹੜਾ ਆਪਾਂ 55 4x4 ਆਪਾਂ 60 ਜਿਹੜਾ ਆਪਣਾ ਹੈਗਾ ਬਾਹਰ ਦੇਖੇ ਆਪਾਂ 4x4 ਵਾਲੇ ਹਾਂਜੀ ਉਹਦੇ ਚ ਆਪਾਂ ਨੂੰ ਰੈੱਡ ਤੇ ਗ੍ਰੀਨ ਦੋ ਹੀ ਕਲਰ ਰੈੱਡ ਤੇ ਗ੍ਰੀਨ ਇਹ ਚ ਬਲੂ ਤੇ ਗ੍ਰੀਨ
ਠੀਕ ਹੈ ਜੀ। ਤੇ ਇੱਕ ਤਾਂ ਜੀ ਸਰ ਆਪਣਾ ਨੰਬਰ ਬੋਲ ਦਿਓ ਜੀ ਤੇ ਇੱਕ ਲੋਕੇਸ਼ਨ ਬੋਲ ਦਿਓ ਆਪਣੀ ਕਿਹੜੀ ਪੈ ਜਾਂਦੀ ਹੈ ਜੀ। ਆਪਣਾ ਹੈਗਾ ਵੀ ਜੀ ਰਾਮਪੁਰੇ ਦਾ ਹੈਗਾ 98880 ਹਾਂਜੀ 98880 ਜੀ 00500 00500 ਜੀ ਹਾਂਜੀ ਇਹ ਬਾਈ ਲਖਵੀਰ ਦਾ ਨੰਬਰ ਹੈ ਹਾਂਜੀ ਮੇਰਾ ਨੰਬਰ ਲਿਖ ਲਓ ਹਾਂਜੀ 98 7886 ਜੀ 00916 00916 ਠੀਕ ਹੈ ਜੀ। ਲਓ ਵੀ ਮਿੱਤਰੋ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਠੀਕ ਹੈ ਤੇ ਬਾਕੀ ਬੋਰਡ ਵਾਲੇ ਨੰਬਰ ਤੁਸੀਂ ਚੈੱਕ ਕਰ ਲਓ ਤੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੁੰਦਾ ਤਾਂ ਬਾਈਆਂ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ। ਧੰਨਵਾਦ ਜੀ ਤੇ ਬਾਈ ਦਿਵਾਲੀ ਆਫਰ ਦਿਓਗੇ ਫਿਰ ਠੀਕ ਹੈ ਜੀ ਹਾਈ ਹੋ ਸਕਦਾ। ਲਓ ਵੀ ਮਿੱਤਰੋ ਦਿਵਾਲੀ ਤੱਕ 9,70,000 ਰੁਪਇਆ ਇਸ ਟਰੈਕਟਰ ਦਾ ਰੇਟ ਆ 4x4 ਦਾ ਪ੍ਰੀਤ ਦਾ ਅਤੇ ਇਸ ਤੋਂ ਬਾਅਦ ਇਹ ਥੋੜ੍ਹਾ ਮੋਟਾ ਵੱਧ ਵੀ ਸਕਦਾ ਅਤੇ ਬਾਕੀ ਔਫਰਾਂ ਖੁੱਲ੍ਹੀਆਂ ਨੇ ਭਰਾਵੋ ਨੰਬਰ ਤੁਹਾਡੇ ਸਾਹਮਣੇ ਚੱਲੀ ਜਾਂਦੇ ਨੇ ਅਤੇ ਰਾਮਪੁਰਾ ਬਰਨਾਲਾ ਰੋਡ ਵੱਜਦਾ ਹੈ ਨਾ ਬਾਈ ਅਤੇ ਖਿੱਚ ਦਿਓ ਕੰਮ ਭਰਾਵੋ ਕਰ ਦਿਓ ਵੀਡੀਓ ਸ਼ੇਅਰ ਅਤੇ ਧੰਨਵਾਦ ਜੀ। ਕਾਲੇ ਲੱਗੇ ਬੰਦੇ ਕਿਹੜਾ ਕੋਈ ਨਾ ਕਾਲਾ ਦੇ ਚਾਹੀਦਾ ਚਾਹ ਤੋਂ ਸਾਰਾ ਕੋਈ।